ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਂ ਇਹ ਦਰਸਾਇਆ ਹੈ ਕਿ ਖੁਸ਼ੀ ਲਈ ਮਨੁੱਖ ਨੂੰ ਕਿਸੇ ਤਾਜ ਤਖਤ ਦੀ ਲੋੜ ਨਹੀਂ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਜੀਵਨ ਵਿੱਚ ਮਨੋਪਾਵਾਂ ਦਾ ਬਹੁਤ ਵੱਡਾ ਮੁੱਲ ਹੈ ਜਦੋਂ ਅਸੀਂ ਮਨੋਪਾਵਾਂ ਦਾ ਸਰਵੋਤਮ ਸਰੂਪ ਵਿੱਚ ਸਤਕਾਰ ਕਰਦੇ ਹਾਂ ਤਾਂ ਜੀਵਨ ਜੀਉਣ ਯੋਗ ਨਿਭੜਦਾ ਹੈ ਔ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਆਪਣੇ ਹਾਂਜੂਆਂ ਤੇ ਮੁਸਕਾਨਾਂ ਵਿੱਚ ਰੌਣਕ ਸਭ ਬਰਾਬਰ ਹਨ ਖੁਸ਼ੀ ਲਈ ਮਨੁੱਖ ਨੂੰ ਕਿਸੇ ਤਾਜ ਤਖਤ ਦੀ ਲੋੜ ਨਹੀਂ ਮਨੁੱਖ ਦੇ ਗਮ ਨੂੰ ਹੀਰੇ ਪੰਨਿਆਂ ਜੜੇ ਰਾਜ ਮੁਕਟ ਸੁਖ ਸ਼ਾਂਤੀ ਨਹੀਂ ਪਹੁੰਚਾ ਸਕਦੇ ਨਹੀਂ ਪਹੁੰਚਾ ਸਕਦੇ ਹਾਂਜੀ ਮਨੁੱਖ ਦੇ ਗਮ ਨੂੰ ਹੀਰੇ ਪੰਨਿਆਂ ਜੜੇ ਰਾਜ ਮੁਕਟ ਸੁਖ ਸ਼ਾਂਤੀ ਨਹੀਂ ਪਹੁੰਚਾ ਸਕਦੇ ਜੇ ਤੁਸੀਂ ਮਨੁੱਖ ਹੋ ਤਾਂ ਮਾਨਵਤਾ ਦੇ ਹਰ ਛਿਣ ਰੰਗੇ ਜਾ ਰਹੇ ਸੁਰਾਂਗਲੇ ਮਨੋਭਾਵ ਹੀ ਮਨੁੱਖਾਂ ਅੰਦਰ ਉਸ ਵਨ ਸੁਵੰਨਤਾ ਨੂੰ ਉਤਪੰਨ ਕਰਦੇ ਹਨ ਜੋ ਤੁਹਾਡੇ ਸਨਮਾਨ ਦੀ ਪਾਤਰ ਹੈ ਤੁਹਾਡੀ ਮਾਤਾ ਤੇ ਭੈਣ ਦੇ ਮਰਨ ਸਮੇ ਤੁਹਾਨੂੰ ਕਹੇ ਗਏ ਆਖਰੀ ਸ਼ਬਦ ਤੇ ਛਾਵਾਂ ਦੀ ਕਿੰਨੀ ਵੱਡੀ ਸਦਾਚਾਰਕ ਮਹੱਤਤਾ ਹੈ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਮਨੋਭਾਵਾਂ ਦਾ ਬਹੁਤ ਵੱਡਾ ਮੁੱਲ ਹੈ ਜਦੋਂ ਅਸੀਂ ਮਨੁਪਾਵਾਂ ਦਾ ਸਰਵੋਤਮ ਸਰੂਪ ਵਿੱਚ ਸਤਿਕਾਰ ਕਰਦੇ ਹਾਂ ਤਾਂ ਜੀਵਨ ਜੀਵਨ ਯੋਗ ਹੋ ਨਿਬੜਦਾ ਹੈ ਹਾਂਜੀ ਜਦੋਂ ਅਸੀਂ ਮਨੁਪਾਵਾਂ ਦਾ ਸਰਵੋਤਮ ਸਰੂਪ ਵਿੱਚ ਸਤਿਕਾਰ ਕਰਦੇ ਹਾਂ ਤਾਂ ਜੀਵਨ ਜੀਵਨ ਯੋਗ ਹੋ ਨਿਬੜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ